Okay, my name is Amarjot Singh and I'm calling and talking to Baldeep from India. Baldeep, meri awaz aa rahi hai? हाँ जी सर, आ रही है। अच्छा, ठीक है ठीक है. मैंनू दसो कि तुसी ट्राई करदे सी कनाडा वीजा अप्लाई करदे सी, मेरे ख्याल एक दो बार, ते तुहाडा कोई एक्सपीरियंस है? तुसी किसे तो कंसल्टेंट तो अप्लाई करदे सी या वीजा नहीं लग्या? दसोगे थोड़ा उहदे बारे, किस तरह अप्लाई कीता, की होया? हाँ जी सर, मैं विस्टर वीजा अप्लाई किया सीगा कनाडा ली, ओके ते मैनू सरी दे विच कोई एजेंट आ ਉਹਦੇ ਥਰੂ ਮੈਂ ਅਪਲਾਈ ਕੀਤਾ ਸੀ, ਤੇ ਉਹਨੇ ਸਾਨੂੰ ਗਾਈਡ ਕੀਤਾ ਵੀ ਤੁਹਾਡਾ ਮੈਂ ਸ਼ੋਰ 100% ਵਿਜ਼ਟਰ ਵੀਜ਼ਾ ਲਵਾਉਂਗਾ। ਤੇ ਉਹਦੀ ਉਹਨੇ ਫੀਸ ਰੱਖੀ ਸੀ ਜਿਹੜੀ, ਉਹ $10,000 ਸੀਗੀ। ओके ਤੇ वेट ਉਹ वेट वेट गो गो स्लो स्लो जस्ट अ मिनट. $10,000 रखी है फीस वेस्टर्न वीजा लोन दी. ਤੇ ਕਿਆ ਮੈਂ ਪੁੱਛ ਸਕਦਾ ਕਿ ਵੀ ਇਹ ਜਿਹੜੇ ਕੰਸਲਟੈਂਸੀ, ਇਹ ਕੋਈ ਆਥੋਰਾਈਜ਼ਡ ਰਜਿਸਟਰਡ ਲਾਇਸੈਂਸ ਕੰਸਲਟੈਂਸੀ ਜਾਂ ਅਨਲਾਇਸੈਂਸਡ ਕੰਸਲਟੈਂਟ ਨੋ ਸਰ, ਕੋਈ ਲਾਇਸੈਂਸ ਨਹੀਂ ਸੀ। ਉਹ ਵੀ ਅੱਗੇ ਤੋਂ ਫਾਈਲ ਕਰਵਾਉਂਦੇ ਸੀਗੇ, ਕਿਸੇ ਉਹਨਾਂ ਤੋਂ? ਦਾ ਇੰਨਾ ਕੰਮ ਸੀਗਾ ਵੀ ਮਤਲਬ ਉਹ ਸਪਾਂਸਰ ਹੁੰਦੀ ਹੈ ਜਿਹੜੀ, ਆਪਣੀ ਲੈਟਰ ਹੁੰਦੀ ਆ ਉਹ ਅਰੇਂਜ ਕਰਵਾਉਂਦੇ ਸੀ, ਫਾਈਲ ਉਹ ਅੱਗੇ ਤੋਂ ਕਰਵਾਉਂਦੇ ਸੀ, ਫਾਈਲ ਕਰਨੀ ਨਹੀਂ ਉਹਨਾਂ ਨੂੰ ਆਉਂਦੀ ਸੀ। ਠੀਕ ਹੈ ਠੀਕ ਹੈ. ਮੈਨੂੰ ਥੋੜਾ ਜਿਹਾ ਇਸ ਵਕਤ ਇਹ ਵੀ ਤੁਸੀਂ ਦੱਸ ਦਿਓ ਕਿ ਉਹਨਾਂ ਨੇ, ਉਸ ਕੰਸਲਟੈਂਟ ਨੇ ਪਹਿਲਾਂ ਵੀ ਕਿਸੇ ਦੇ ਵੀਜ਼ੇ ਇਦਾਂ ਦੇ ਲਗਵਾਏ ਹੈ, ਇਹ ਤੁਹਾਡਾ ਤੁਸੀਂ ਪਹਿਲਾਂ ਸ਼ਿਕਾਰ ਸੀ? ਸਰ ਉਹਨਾਂ ਤੋਂ ਪੁੱਛ, ਮਤਲਬ ਮੈਂ ਦੇਖੇ ਨਹੀਂ ਹੈਗੇ ਆਪਣੇ ਨੇ ਵੀ, ਉਹਨਾਂ ਨੇ ਨਾ ਸਾਨੂੰ ਕੋਈ ਵੀਜ਼ਾ ਭੇਜਿਆ ਵੀ ਮੈਂ ਲਵਾਇਆ, ਪਰ ਉਹ ਦੱਸ ਰਹੇ ਸੀ ਵੀ ਮੈਂ ਇਕੱਠੇ 20-20 ਵੀਜ਼ੇ ਲਵਾਉਣਾ, ਵੀ ਮੈਂ ਇਕੱਠੀਆਂ ਲੈਟਰਾਂ ਮੇਰੇ ਕੋਲ 20-20 ਆਉਣੀ ਹੈ, ਵੀ ਉਹਦੇ ਵਿੱਚੋਂ ਕਈ ਵਾਰ 2-3 ਰਿਜੈਕਟ ਹੋਏ ਨੇ, ਵੀ ਘੱਟੋ ਘੱਟ 20 ਦੇ ਵਿੱਚ 17 ਲੱਗ ਜਾਂਦੇ ਆ, 15 ਲੱਗ ਜਾਂਦੇ, ਤੇ ਉਹਨਾਂ ਦੇ ਮੈਂ ਅੱਗੇ ਵਰਕ ਪਰਮਿਟ ਵੀ ਕਰਵਾਉਣਾ। ਚਲੋ ਠੀਕ ਹੈ. ਇਹ ਸਰੀ ਬਹੁਤ ਜ਼ਿਆਦਾ ਕੰਮ ਹੁੰਦਾ, ਉੱਥੇ ਲੱਗਦਾ ਕੋਈ ਫੈਕਟਰੀ ਲੱਗੀ ਹੈ ਕਿਸੇ ਦੀ ਵੀਜ਼ਾ ਦੀ. ਇਹਨਾਂ ਹਾਂਜੀ ਸਰ, ਇਹਨਾਂ ਦਾ ਆਫਿਸ ਤੁਹਾਨੂੰ ਕਿੱਥੇ ਮਿਲੇ? ਤੁਸੀਂ ਇੰਡੀਆ ਮਿਲੇ ਕਿਸੇ ਥਰੂ, ਔਰ ਕੌਣ, ਕਿਸ ਤਰ੍ਹਾਂ ਹੋਇਆ ਤੁਹਾਡਾ ਜਿਹੜਾ ਟ੍ਰਾਂਜੈਕਸ਼ਨ, ਕਿਸ ਤਰ੍ਹਾਂ ਹੋਇਆ? ਸਾਡੇ ਕੋਈ ਉੱਧਰ ਮਤਲਬ ਰਿਸ਼ਤੇਦਾਰ ਹੈ ਕੈਨੇਡਾ ਦੇ ਵਿੱਚ, ਰਿਲੇਟਿਵਸ ਨੇ, ਉਹਨਾਂ ਦੇ ਅੱਗੇ ਇਹਨਾਂ ਨੇ ਮਤਲਬ ਵਰਕ ਪਰਮਿਟ ਕਰਵਾਇਆ ਸੀਗਾ, ਉਹਨਾਂ ਦੀ ਫੈਮਿਲੀ ਗਈ ਸੀ, ਉਹਨਾਂ ਨੇ ਵਿਜ਼ਟਰ ਵੀਜ਼ਾ ਨਹੀਂ ਇਹਨਾਂ ਤੋਂ ਕਰਵਾਇਆ ਸੀ, ਤੇ ਉਹਨਾਂ ਨੇ ਸਾਨੂੰ ਕੰਟੈਕਟ ਦਿੱਤਾ ਸੀ, ਤੇ ਵੀ ਇਦਾਂ ਇਦਾਂ ਵਿਜ਼ਟਰ ਵੀਜ਼ਾ ਇਹ ਕਰਵਾ ਦਿੰਦੇ ਆ, ਤੇ ਇਹਨਾਂ ਨੇ ਬਾਕੀ ਸਾਡੇ ਤੋਂ ਦੱਸਿਆ ਵੀ ਕੀ ਮੇਰੀ ਫੀਸ ਹੈ, $1,000 ਪਹਿਲਾਂ, ਬਾਕੀ ਬਾਅਦ ਦੇ ਵਿੱਚ ਠੀਕ ਟੈਨ ਹੈ, ਥਾਊਜੈਂਡ ਕੈਨੇਡੀਅਨ ਡਾਲਰ ਜਿਹੜੇ ਵੀ ਹੈ। ਸਮਝ ਗਿਆ. ਚਲੋ ਕੋਈ ਗੱਲ ਨਹੀਂ. ਤੇ ਫਿਰ ਹਾਂਜੀ ਫਿਰ ਵੀਜ਼ਾ ਲੱਗਿਆ ਨਹੀਂ? ਆਫ ਕੋਰਸ, ਰਾਈਟ, ਸਰ, ਵੀਜ਼ਾ ਹੀ ਫਿਰ ਲੱਗਿਆ. ਅੱਛਾ 40 ਦਿਨਾਂ ਬਾਅਦ, ਪੂਰੇ 40 ਡੇਜ਼ ਬਾਅਦ, ਮਤਲਬ ਵੀਜ਼ਾ ਤਾਂ ਪਹਿਲਾਂ ਹੀ ਰਿਜੈਕਟ ਹੋ ਗਿਆ ਸੀਗਾ, ਇਹਨਾਂ ਨੇ ਸਾਨੂੰ ਦੱਸਿਆ ਹੀ ਨਹੀਂ, ਮਤਲਬ ਆਈ ਥਿੰਕ ਹਫ਼ਤੇ ਬਾਅਦ ਵੀਜ਼ੇ ਦੀ, ਜਦ ਉਹ ਆਪਣੀ ਲੈਟਰ ਭੇਜਦੇ ਆ ਜਿਹੜੀ ਰਿਫਿਊਜ਼ਲ ਹਾਂ ਲੈਟਰ, ਉਹਦੇ ਪਰ ਆਈ ਥਿੰਕ ਪਹਿਲਾਂ ਦਾ, ਹਫ਼ਤੇ ਪਹਿਲਾਂ ਦਾ ਟਾਈਮ ਸੀ, ਸਾਨੂੰ ਉਦਾਂ ਹੀ ਟਾਲੀ ਗਏ, ਨਹੀਂ ਪ੍ਰੋਸੈਸਿੰਗ ਟਾਈਮ ਥੋੜਾ ਜਿਹਾ ਜ਼ਿਆਦਾ ਹੋ ਗਿਆ, 40 ਤੋਂ ਉੱਤੇ ਦਿਨ ਲੰਘ ਗਏ ਸੀਗੇ ਸਰ, ਅੱਛਾ. 14 ਡੇਜ਼ ਹੋ ਗਏ ਸੀਗੇ, ਤੇ ਤੇ ਤੁਹਾਨੂੰ ਤੁਹਾਨੂੰ ਕੀ ਕਿਹਾ ਉਹਨਾਂ ਨੇ ਕਿ ਰਿਫਿਊਜ਼ਲ ਰੀਜ਼ਨ ਕੀ ਬਣਿਆ? ਅਕੋਰਡਿੰਗ ਟੂ ਦੈਮ ਵਾਟ ਵਾਸ ਦਾ ਰੀਜ਼ਨ ਰਿਫਿਊਜ਼ ਹੋਣ ਦਾ? ਉਹ ਕਹਿੰਦੇ ਵੀ ਰੀਜ਼ਨ ਕੋਈ ਨਹੀਂ ਸੀ, ਆਪਣੀ ਫਾਈਲ ਸਾਰੀ ਸਟਰੋਂਗ ਸੀਗੀ, ਵੀ ਬ੍ਰੈਂਪਟਨ ਦੇ ਵਿੱਚ ਲੜਾਈ ਹੋ ਗਈ ਸੀਗੀ ਜੋ ਵੀ ਸਟੂਡੈਂਟਾਂ ਦੀ, ਵੀ ਉਹਦੇ ਕਰਕੇ ਫਾਈਲ ਤੇ ਇਫੈਕਟ ਪੈ ਗਿਆ, ਹੁਣ ਆਪਾਂ ਤੁਹਾਡੀ ਫਾਈਲ ਆ ਜਿਹੜੀ ਉਹ ਦੁਬਾਰਾ ਤੋਂ ਲਗਾਵਾਂਗੇ, ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ, ਮੈਂ ਤੁਹਾਡੇ ਤੋਂ ਕੋਈ ਹੁਣ ਪੈਸੇ ਨਹੀਂ ਲੈਂਦਾ, ਜਿਹੜੇ ਸਾਨੂੰ ਦਿੱਤੇ ਹੋਏ ਆ ਪਹਿਲਾਂ ਕੋਈ ਪੈਸੇ ਨਹੀਂ ਲੈਂਦਾ, ਬਟ ਜਿਹੜੀ ਅੱਗੇ ਮੈਂ ਹੁਣ MP ਤੋਂ ਸਪਾਂਸਰ ਕਰਵਾਉਣਾ ਤੁਹਾਨੂੰ, ਉਹਦੀ ਜਿਹੜੀ ਫਾਈਲ ਹੈ ਉਹ ਚਾਰਜਸ ਹੈ ਉਹਦੇ ਥੋੜੇ ਜਿਹੇ ਵੱਧ ਜਾਣਗੇ, ਉਹ 20 ਤੋਂ 20 19 18 ਜਾਂ $17,000 ਇੰਨੇ, ਉਹ ਆਪਾਂ ਮੌਕੇ ਤੇ ਕਰ ਲਾਂਗੇ, ਮਤਲਬ ਵੱਧ ਘੱਟ ਵੀ ਹੋ ਸਕਦਾ, ਇੱਕ ਸੈਕਿੰਡ ਉਹ ਇੱਕ ਚਾਹੇ ਸੈਕਿੰਡ ਤੁਸੀਂ ਇੱਕ ਕੈਨ ਸੈਕਿੰਡ ਇੱਕ ਸੈਕਿੰਡ ਸਟਾਪ 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 ਆਪਾਂ ਦੁਬਾਰਾ ਫਾਈਲ ਲਵਾਂਗੇ ਤੇ ਫੀਸ ਚਾਰਜ ਨਹੀਂ ਕਰਨੀ, ਲੇਕਿਨ ਪਹਿਲਾਂ MP ਦੇ ਥਰੂ ਸ਼ਾਇਦ ਉਹਦੇ ਚਾਰਜਸ ਲੱਗਣੇ 17 ਤੋਂ 20 ਹਜ਼ਾਰ ਡਾਲਰ, ਇਜ਼ ਦੈਟ ਰਾਈਟ? ਇਹ ਹਾਂਜੀ ਸਰ, ਹਾਂ ਮਤਲਬ ਉਹਦੇ ਵਿੱਚ 2 ਲੈਟਰਾਂ ਲੱਗਣਗੀਆਂ, MP ਦੀ ਨਾਲ ਲੱਗੂਗੀ, ਤੇ ਇੱਕ ਬੰਦਾ ਤੁਹਾਨੂੰ ਸਪਾਂਸਰ ਕਰੂਗਾ, ਉਹ ਅਸੀਂ ਵੀ ਸਪਾਂਸਰ ਵਾਲਾ ਵੀ ਬੰਦਾ ਜਿਹੜਾ ਉਹ ਅਸੀਂ ਲੱਭਾਂਗੇ ਕੋਈ ਹੋਰ, ਤੇ ਤੁਹਾਨੂੰ ਸਪਾਂਸਰ ਕਰੂ, ਨਾਲੇ MP ਦੀ ਲੈਟਰ ਲਾਵਾਂਗੇ, ਵੀਜ਼ਾ 100% ਲੱਗਦਾ, ਵੀ ਕਦੇ ਰਿਜੈਕਟ ਨਹੀਂ ਹੋ ਸਕਦਾ। ਦੇਖੋ, ਪਹਿਲੀ ਗੱਲ ਤੇ ਆਪਾਂ ਇਸ ਚੀਜ਼ ਨੂੰ ਥੋੜਾ ਐਕਸਰੇ ਕਰਨਾ ਕਿ MP ਦਾ ਕੀ ਇਹਦੇ ਵਿੱਚ ਰੋਲ ਹੈ, ਕਿਸੇ ਨੂੰ ਸਪਾਂਸਰ, ਕਿਸੇ ਨੂੰ ਸਪੋਰਟ ਕਰਨ ਲਈ, ਪਹਿਲਾਂ ਇਹ ਗੱਲ ਸੋਚਣ ਵਾਲੀ ਚੀਜ਼ ਹੈ। ਦੂਸਰਾ, MP ਦੀ ਸਪਾਂਸਰਸ਼ਿਪ, ਸੋ ਕਾਲ ਸਪਾਂਸਰਸ਼ਿਪ ਦੇ ਥਰੂ ਕੋਈ ਵੀਜ਼ਾ ਰਿਜੈਕਟ ਨਹੀਂ ਹੁੰਦਾ, ਇਹ ਵੀ ਇੱਕ ਸੱਚਾਈ ਨਹੀਂ ਹੈ। ਕਈ MP ਦੇ ਵੀ ਲੈਟਰ ਨਾਲ ਕੁਝ ਹੁੰਦਾ ਨਹੀਂ, ਕਈ ਕਈ ਕੇਸਿਸ ਹੈ ਜਿਹੜੇ ਤੁਸੀਂ ਦੇਖ ਲੈਣਾ ਕਿ ਦੇ ਵਰ ਰਿਫਿਊਜ਼ਡ। ਤੀਸਰਾ, ਜਿਹੜਾ ਤੁਸੀਂ ਮੈਨੂੰ ਕਿਹਾ ਕਿ ਵੀ ਉਹ 17 ਤੋਂ 20 ਹਜ਼ਾਰ ਡਾਲਰ ਚਾਰਜ ਕਰਦੇ ਹੈ ਕਿ ਵੀ ਇਹ MP ਦੇ ਥਰੂ ਜੁਗਾੜ ਕਰਨ ਦਾ, ਉਹਦਾ ਉਹਦਾ ਕੀ ਰਾਜ ਹੈ? ਮਤਲਬ ਇਹ 17,000-20,000 ਡਾਲਰ ਇਹ ਕਿੰਨੇ ਲੈਣੇ ਆ?
ਇਹ ਸਾਰਾ ਮਤਲਬ ਵਿੱਚ ਤਾਂ MP ਲੈਂਦਾ ਤੇ ਜਿਹੜਾ ਬੰਦਾ ਵਾਹਿਗੁਰੂ ਸਪੌਂਸਰ ਵਾਹਿਗੁਰੂ ਕਰ ਰਿਹਾ ਉਹ ਵੀ ਲੈਂਦਾ ਤੇ ਵਿੱਚ ਇਹਦੀ ਕਮਿਸ਼ਨ ਆ ਤੇ ਚੌਥਾ ਬੰਦਾ ਜਿਹੜਾ ਫਾਈਲਿੰਗ ਕਰਦਾ ਉਹਦਾ ਵੀ, ਚਾਰ ਜਣਿਆਂ ਦੀ ਡਿਵਾਈਡ ਸਰ ਜੀ ਹੁੰਦੀ ਹੈ ਬਹੁਤ ਜਿਵੇਂ ਮੈਂ ਵੱਡੀ, ਤੁਹਾਨੂੰ ਕਿਹਾ, ਇਹ ਬਹੁਤ ਵੱਡੀ ਚੀਜ਼ ਉਹਨਾਂ ਨੇ ਕਹੀ ਹੈ ਅਗਰ ਜੇ ਕਹੀ ਹੈ ਕਿ MP ਵੀ ਲੈਂਦਾ ਇਹਦੇ ਵਿੱਚ ਤੇ 40। MP ਦੀ ਇਮੀਗ੍ਰੇਸ਼ਨ 'ਚ ਇੱਦਾਂ ਕਹਿੰਦੇ ਸੀ ਵੀ ਇਮੀਗ੍ਰੇਸ਼ਨ 'ਚ ਬ੍ਰੈਮਟਨ ਦੇ ਵਿੱਚ ਸੈਟਿੰਗ ਹੈ ਵੀ ਵੀਜ਼ਾ ਆਫੀਸਰ ਨਾਲ, ਤੇ ਉਹ ਵੀ ਵੀਜ਼ਾ ਪੱਕਾ ਲੱਗਦਾ। ਓ ਮਾਈ ਗੋਡ, ਦੇਖ ਲਓ ਕਿ ਕਿੰਨੀ ਜ਼ਿਆਦਾ ਇੱਕ ਕਰਪਸ਼ਨ, ਕਿੰਨੇ ਜ਼ਿਆਦਾ ਫਰੋਡ, ਕਿੰਨੀ ਜ਼ਿਆਦਾ ਇਹਦੇ ਵਿੱਚ ਮਿਸ ਇਨਫੋਰਮੇਸ਼ਨ ਫੈਲਾਈ ਹੋਈ ਹੈ ਕਿਸੇ ਨੇ, ਜੋ ਵੀ ਲੋਕ ਕਰ ਰਹੇ ਹੈ ਕਿ ਇਸ ਤਰ੍ਹਾਂ ਵੀ ਹੁੰਦਾ ਹੈ। ਪਰ ਐਨੀਵੇ ਫਿਰ ਹੋਇਆ ਕੁਝ ਵੀ ਨਹੀਂ, ਦੁਬਾਰਾ ਦੁਬਾਰਾ ਅਪਲਾਈ ਕੀਤਾ, ਇਹ ਸਾਰਾ ਸਾਰਾ ਕੰਮ ਕਰਕੇ ਫਿਰ ਵੀ ਰਿਫਿਊਜ਼ ਹੋ ਗਿਆ, ਕਰੈਕਟ? ਸਰ MP ਵਾਲਾ ਹਾਂ ਹਾਂਜੀ, ਨਹੀਂ ਸਰ, ਉਹ ਫਿਰ ਸਾਨੂੰ ਲੱਗ ਗਿਆ ਸੀਗਾ ਪਤਾ, ਫਿਰ ਕੀਤਾ ਹੀ ਨਹੀਂ ਸਰ। ਅੱਛਾ, ਠੀਕ ਹੈ। ਪਹਿਲਾਂ ਜੋ ਵੀ ਕੀਤਾ ਸੀਗਾ ਉਹ ਵੀ 100% ਕਹਿੰਦਾ ਸੀਗਾ, ਤੇ ਬਟ ਉਹ ਵੀ ਰਿਫਿਊਜ਼ਲ ਸੀ, ਉਹ ਵੀ ਸਾਨੂੰ ਹਫ਼ਤੇ ਬਾਅਦ ਦੱਸਿਆ, ਮਤਲਬ ਦੱਸ ਨਹੀਂ ਰਿਹਾ ਸੀਗਾ। ਪਰ ਤੁਹਾਡਾ ਤੇ ਦੋ ਵਾਰ ਰਿਫਿਊਜ਼ ਹੋਇਆ ਨਾ, ਦੂਸਰੀ ਵਾਰ ਕਿਸ ਤਰ੍ਹਾਂ ਰਿਫਿਊਜ਼ ਹੋਇਆ? ਹਾਂਜੀ ਸਰ, ਪਹਿਲਾਂ ਤਾਂ ਮਤਲਬ ਮੇਰਾ ਬ੍ਰਦਰ ਸੀਗਾ, ਮੈਂ ਉਹਦੇ ਤੇ ਪਹਿਲਾਂ ਤਾਂ ਆਪ ਹੀ ਫਾਈਲਿੰਗ ਕਰਾਈ ਸੀਗੀ। ਅੱਛਾ, ਇਹ ਅੱਛਾ, ਦਿਸ ਵਾਸ ਅ ਸੈਕਿੰਡ ਅਟੈਂਪਟ। ਇਹ ਦੂਸਰੀ ਦੂਸਰੀ ਅਟੈਂਪਟ ਦੀ ਗੱਲ ਹੈ, ਪਹਿਲੀ ਵਾਰ ਆਪਣੇ ਆਪ ਹੀ ਤੁਹਾਡਾ ਪਰਸਨਲੀ ਰਿਫਿਊਜ਼ ਹੋ ਚੁੱਕਿਆ ਸੀ। ਹਾਂਜੀ ਹਾਂਜੀ ਠੀਕ ਹੈ। ਚਲੋ ਦੋਸਤੋ, ਬਸ ਇਹੀ ਮੈਂ ਦੱਸਣਾ ਸੀ ਲੋਕਾਂ ਨੂੰ ਕਿ ਵੀ ਦੇਖੋ ਕਿ ਕਿਸ ਤਰ੍ਹਾਂ ਦੇ ਲੋਕ ਹੈ ਜਿਹੜੇ ਇਹ ਵੀਜ਼ਾ ਧੰਦੇ ਵਿੱਚ ਕਿਸ ਕਿਸ ਤਰ੍ਹਾਂ ਦੇ ਇੱਕ ਝੂਠੇ ਆਸ਼ਵਾਸਨ, ਝੂਠੇ ਪ੍ਰੋਮਿਸ ਦੇ ਕਰ ਲੋਕਾਂ ਨੂੰ ਠੱਗਦੇ ਹੈ ਕਿ ਵੀ MP ਸਾਹਿਬ ਤੋਂ ਚਿੱਠੀ ਲਿਖਵਾ ਕੇ। ਤੇ ਬਸ ਤੁਸੀਂ ਇਹ ਵੀ ਕਿਹਾ ਕਿ ਵੀ MP ਆਪ ਸ਼ਾਇਦ, ਉਨ੍ਹਾਂ ਨੇ ਕਿਹਾ ਕਿ ਹਾਂਜੀ ਵੀਜ਼ਾ ਮੈਂ ਲੱਗੇਗਾ ਤੇ MP ਤੁਹਾਨੂੰ ਏਅਰਪੋਰਟ ਤੇ ਆਪ ਲੈਣ ਆਏਗਾ। ਲੈਣ ਆਏਗਾ ਜੀ। ਹਾਂਜੀ, ਉਹ ਤੁਹਾਡੀ ਇੰਟਰਵਿਊ ਹੁੰਦੀ ਹੈ ਜਿਹੜੀ ਏਅਰਪੋਰਟ ਤੇ ਬਾਰਡਰ ਕ੍ਰੋਸ ਕਰਦੇ ਆ, ਵੀ ਉੱਥੇ ਕਈ ਵਾਰ ਉਹ ਕਹਿ ਦਿੰਦੇ ਆ ਵੀ ਜਿਹੜਾ ਬੰਦਾ ਨੇ ਤੁਹਾਨੂੰ ਸਪਾਂਸਰ ਕੀਤਾ, ਜੋ ਵੀ ਤੁਸੀਂ ਜਿਹਦੇ ਫੰਕਸ਼ਨ ਤੇ ਆਏ ਹੋ ਜਾਂ ਕੁਛ ਵੀ ਆ, ਵੀ ਉਹ ਬੰਦਾ ਕਿੱਥੇ ਆ ਉਹਨੂੰ ਕਾਲ ਕਰੋ, ਉਹ ਤੁਹਾਨੂੰ ਲੈ ਪਿਕ ਕਰਨ ਆਇਆ, ਤੇ ਉਹ ਬੰਦਾ ਤੁਹਾਨੂੰ MP ਹੈ ਜਿਹੜਾ ਉਹ ਵੀ ਆਊਗਾ, ਤੇ ਦੂਸਰਾ ਜਿਹਨੇ ਸਪਾਂਸਰ ਉਹ ਵੀ ਉੱਥੇ ਹੋਊਗਾ। ਦੇਖ ਲਓ, ਮੈਂ ਤੇ ਕਦੇ ਸੱਜ ਅੱਜ ਤੱਕ ਦੇਖਿਆ ਨਹੀਂ ਕਿ ਕੋਈ ਮੈਂਬਰ ਆਫ ਪਾਰਲੀਮੈਂਟ ਕਿਸੇ ਵਿਜ਼ਟਰ ਵੀਜ਼ਾ ਜਿਹਨੇ ਉਹਨੂੰ ਸਪਾਂਸਰ ਕੀਤਾ, ਚਿੱਠੀ ਲਿਖਵਾ ਕੇ ਉਹਨੂੰ ਏਅਰਪੋਰਟ ਤੇ ਖੜ ਕੇ ਉਹਨੂੰ ਵੈਲਕਮ ਕਰਦਾ ਕਿ ਆ ਜਾਓ ਜੀ, ਮੈਂ ਆ ਗਿਆ ਤੁਹਾਨੂੰ ਲੈਣ ਆ। ਇਟ ਇਜ਼ ਹਾਈਲੀ, ਮਤਲਬ ਇਹ ਲੱਗਦਾ ਜਿਸ ਤਰ੍ਹਾਂ ਕੋਈ ਬਾਲੀਵੁੱਡ ਦੀ ਡ੍ਰੀਮ, ਕੋਈ ਸਪਨਾ ਦਿਖਾ ਰਹੇ ਹਨ ਜਿਸ ਤਰ੍ਹਾਂ। ਬਾਕੀ ਮੈਂ ਤਾਂ ਕਦੇ ਦੇਖਿਆ ਨਹੀਂ ਇਸ ਤਰ੍ਹਾਂ। ਚਲੋ ਇਹ ਤਾਂ ਸਰ ਕੁਝ ਵੀ ਨਹੀਂ, ਤੇ ਮੈਂ ਤੁਹਾਨੂੰ ਇੱਕ ਹੋਰ ਜਿਹੜਾ ਓਕੇ ਸ਼ੇਅਰ ਜੇ ਮੈਂ ਕਰ ਸਕਾਂ, ਓਕੇ ਮੇਰਾ ਫਰੈਂਡ ਆ ਜੀ, ਉਹ ਮਤਲਬ ਇੰਡੀਆ ਦੇ ਵਿੱਚ ਜਿਹੜੇ ਏਜੰਟ ਆ, ਇਹ ਤਾਂ ਚਲੋ ਫਿਰ ਵੀ ਠੀਕ ਹੈ, ਹਾਂ ਉਹਨੂੰ ਕਹਿੰਦੇ ਵੀ 17 ਲੱਖ ਰੁਪਏ ਲੈਣਾ, ਵੀ ਪਹਿਲਾਂ ਤੁਹਾਨੂੰ ਦੁਬਈ ਲੈ ਕੇ ਜਾਣਾ ਤੇ ਉੱਥੋਂ 2 ਦਿਨ ਦੇ ਵਿੱਚ ਤੁਹਾਨੂੰ ਕੈਨੇਡਾ, ਦੋ ਸਰ ਦਿਨ ਦੇ ਵਿੱਚ ਪਹਿਲਾਂ ਤੁਹਾਨੂੰ ਦੁਬਈ ਲੈ ਕੇ ਜਾਣਾ, ਉੱਥੋਂ 2 ਦਿਨ ਦੇ ਵਿੱਚ ਤੁਹਾਡਾ ਵਿਜ਼ਟਰ ਵੀਜ਼ਾ 2 ਦਿਨ ਦੇ ਵਿੱਚ ਲਗਾ ਕੇ ਉੱਥੋਂ ਫਾਈਲ ਪਤਾ ਨਹੀਂ ਕਿੱਦਾਂ ਤਿਆਰ ਕਰਨੀ ਹੈ, ਵੀ ਤੁਹਾਨੂੰ ਕੈਨੇਡਾ ਭੇਜ ਦਾਂਗੇ। ਵੀ ਨਹੀਂ ਤੁਹਾਡੀ ਉਹ ਏਅਰਪੋਰਟ ਤੇ ਜਿਹੜੀ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਸੀ ਬਿਲਕੁਲ ਵੀ, ਏਅਰਪੋਰਟ ਤੇ ਜਿਹੜੀ ਇੰਟਰਵਿਊ ਉਹ ਵੀ ਅਸੀਂ ਆਪ ਕਲੀਅਰ ਕਰਾਉਣੇ ਉੱਥੇ ਸਾਡੇ ਬੰਦੇ। ਨਹੀਂ, ਇਹ ਤੇ ਸਰਾਸਰ ਫਰੌਡ ਹੈ। ਦੇਖੋ ਇਸ ਤਰ੍ਹਾਂ ਹੈ ਕਿ ਇਹਦੇ ਬਾਰੇ ਕਈ ਲੋਕਾਂ ਨੇ ਮੈਨੂੰ ਦੱਸਿਆ ਹੈ ਕਿ ਕੋਈ ਮਲੇਸ਼ੀਆ ਤੋਂ, ਕੋਈ ਪਾਕਿਸਤਾਨ ਤੋਂ, ਦੁਬਈ ਜਿਹੜੇ ਰਹਿ ਰਹੇ ਹੈ, ਜਾਂ ਕਿਸੇ ਹੋਰ ਨੇ, ਸੋਰੀ ਨੇਪਾਲ ਤੋਂ, ਜਿਹੜੇ ਆਲਰੇਡੀ ਜਿਹਨਾਂ ਦੇ ਰਿਸ਼ਤੇਦਾਰ ਦੁਬਈ ਰਹਿ ਰਹੇ ਸੀ, ਉਹਨਾਂ ਨੇ ਕਿਹਾ ਕਿ ਵੀ ਤੁਸੀਂ ਉਹਨੂੰ ਦੁਬਈ ਬੁਲਾ ਲਓ, ਇਸ ਤਰ੍ਹਾਂ ਕਰਾਂਗੇ। ਫਿਰ ਉਹ ਤੇ 100% ਆਈ ਨੋ ਇਸ ਫਰੌਡ, ਕਿਉਂਕਿ ਉਹ ਕਿਤੇ ਉਹ ਤੇ ਪੋਸੀਬਲ ਹੈ ਹੀ ਨਹੀਂ ਹੈ, ਇਟਸ ਨਾਟ ਗੋਇੰ ਟੂ ਪੋਸੀਬਲ। 2 ਦਿਨ ਵਿੱਚ ਇਸ ਤਰ੍ਹਾਂ ਦਾ ਕੋਈ ਵੀਜ਼ਾ ਮਿਲ ਜਾਏ, ਮੈਂ ਤੇ ਕਦੀ ਸੁਣਿਆ ਹੀ ਨਹੀਂ ਨਾ ਦੇਖਿਆ। ਪਰ ਤੇ ਇਹ ਸਰ ਪਰ ਜਦੋਂ ਮੈਂ ਉਹ ਹਾਂਜੀ ਉਸ ਮੈਡਮ ਨੂੰ ਜਿਹਨੇ ਵੀ ਉਹਨਾਂ ਨੂੰ ਗਾਈਡ ਕੀਤਾ ਸੀ, ਕਿਉਂਕਿ ਮੈਨੂੰ ਪਤਾ ਸੀਗਾ ਵੀ ਪ੍ਰੋਸੈਸਿੰਗ ਟਾਈਮ ਕਿੰਨਾ, ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ 2 ਦਿਨ ਦੇ ਵਿੱਚ ਇਹਨਾਂ ਨੂੰ ਕਿੱਦਾਂ ਮਤਲਬ ਭੇਜ ਦੋਗੇ, ਵੀ 40 ਡੇਜ਼ ਦਾ ਤਾਂ ਉਹ ਹੈ ਆਪਣਾ ਪ੍ਰੋਸੈਸਿੰਗ ਟਾਈਮ ਹੈ, ਵੀ ਹਾਂ ਤੁਸੀਂ ਟੂਰਿਸਟ ਵੀਜ਼ਾ ਲਵਾ ਰਹੇ ਹੋ ਬਿਜ਼ਨਸ, ਉਹ ਕਹਿੰਦੇ ਸਾਡੇ ਸਾਰ ਕਨਫਰਮ ਕਰਨਗੇ ਵੀ ਇਹਨਾਂ ਦਾ ਕੀ ਬਿਜ਼ਨਸ ਵੀਜ਼ਾ ਲਗਾਉਣਾ ਜਾਂ ਟੂਰਿਸਟ ਵੀਜ਼ਾ ਲਗਾਉਣਾ ਵੀ ਜਾਂ ਕਿੱਦਾਂ ਇਹਨਾਂ ਨੂੰ। ਮੈਂ ਕਿਹਾ ਮੈਡਮ ਇਹਨਾਂ ਕੋਲ ਨਾ ਤਾਂ ਬਿਜ਼ਨਸ ਹੈ ਵੀ ਨਾ ਇਹਨਾਂ ਨੇ ਸਟੱਡੀ ਕੀਤੀ ਹੋਈ ਹੈ, ਤੁਸੀਂ ਇੱਦਾਂ ਕਿੱਦਾਂ ਵੀ ਇਹਨਾਂ ਦਾ ਬਿਜ਼ਨਸ ਵੀਜ਼ਾ ਲਗਾ ਦੋਗੇ ਜਾਂ ਕਿਵੇਂ ਤੁਸੀਂ ਡਾਕੂਮੈਂਟ ਬਣਾ ਦੋਗੇ। ਉਹ ਕਹਿੰਦੇ ਉਹ ਤਾਂ ਸਾਡੇ ਸਰ ਪਹਿਲਾਂ ਇਹ ਦੁਬਈ ਚਲੇ ਜਾਣ, ਉੱਥੋਂ ਆਪੇ ਇਹਨੂੰ ਭੇਜ ਦੇਣ। ਇਹ ਸਭ ਬਕਵਾਸ ਹੈ। ਇਹ ਸਾਰਾ ਸਾਰਾ ਧੋਖਾ ਹੈ, ਇਹਦੇ ਵਿੱਚ ਕੁਛ ਕੋਈ ਸੱਚਾਈ ਨਹੀਂ ਹੈ, 1% ਵੀ ਸੱਚਾਈ ਨਹੀਂ ਹੈ। ਇਹ ਸਭ ਆਪਣੇ ਹੀ ਬੰਦੇ ਇੱਕ ਦੂਜੇ ਨੂੰ ਲੁੱਟ ਰਹੇ ਹੈ ਐਕਚੁਅਲੀ। ਥੋੜਾ ਜਿਹਾ ਬਸ ਇਹ ਹੈ ਕਿ ਅਸੀਂ ਸੁਚੇਤ ਨਹੀਂ ਹੈ, ਸਾਡੇ ਕੋਲ ਇਨਫੋਰਮੇਸ਼ਨ ਨਹੀਂ ਹੈ। ਗਰੀਬ ਭੋਲੇ ਭਾਲੇ, ਮੈਂ ਕਈ ਮੇਰੇ ਵੀਡੀਓ ਵੀ ਹੈ ਜਿਹੜੇ ਪੰਜਾਬ ਤੋਂ ਉਹਨਾਂ ਨੂੰ ਵਰਕ ਵੀਜ਼ਾ, ਵਰਕ ਇਨਫੋਰਮੇਸ਼ਨ ਦੇ ਕਰ, ਕੋਈ ਜਾਬ ਆਫਰ ਗਲਤ ਫਰਜ਼ੀ ਦੇ ਕਰ ਪੈਸੇ ਠੱਗਦੇ ਹੈ ਲੋਕ। ਸੋ ਇਟ ਇਜ਼ 100% ਫਰੌਡ। ਬਾਕੀ ਜਿਹੜੇ ਤੁਸੀਂ ਜਿਹੜੀ ਗੱਲ ਦੱਸੀ ਨਾ, ਉਹ ਮੈਂ ਪਹਿਲੀ ਵਾਰ ਕਦੇ ਸੁਣੀ ਨਹੀਂ ਕਿ ਵੀ MP ਦਾ ਲੈਟਰ ਲਾਵਾਂਗੇ, MP ਦੇ ਸਪਾਂਸਰਸ਼ਿਪ ਤੇ ਵੀਜ਼ਾ ਮਿਲੇਗਾ, 100% ਵੀਜ਼ਾ ਮਿਲਦਾ ਹੈ, ਉਹਦੇ ਵਿੱਚ MP ਦਾ ਵੀ ਸ਼ੇਅਰ ਹੈ।
17 ਤੋਂ 20 ਹਜ਼ਾਰ ਡਾਲਰ ਲੱਗਣੇ ਹੈ, MP ਤੁਹਾਨੂੰ ਆਪ ਲੈਣ ਆਏਗਾ ਏਅਰਪੋਰਟ। ਇਹ ਮੈਂ ਗੱਲ ਪਹਿਲੀ ਵਾਰ ਸੁਣ ਰਿਹਾ ਤੇ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਵੀ ਦੇਖੋ ਇਸ ਤਰ੍ਹਾਂ ਦੇ ਵੀ ਠੱਗ ਜਿਹੜੇ ਮਾਰਕੀਟ 'ਚ ਮੌਜੂਦ ਹੈ ਤੇ ਸੁਚੇਤ ਰਹਿਣ ਦੀ ਲੋੜ ਹੈ, ਫਰੌਡ ਨਾ ਹੋ ਜਾਏ, ਕਿਤੇ ਤੁਸੀਂ ਲੁੱਟੇ ਨਾ ਜਾਓ। ਮੇਰੇ ਐਕਚੁਅਲੀ ਇੰਡੀਆ ਮੇਰੀ ਸੈਮੀਨਾਰ ਹੈ ਅਗਲੇ 1st week of February, ਤੇ ਮੈਂ ਉੱਥੇ ਕਈ ਲੋਕਾਂ ਦਾ ਮੇਰਾ ਅਪੁਆਇੰਟਮੈਂਟ ਫਿਕਸ ਹੈ ਜਿਨ੍ਹਾਂ ਨੂੰ ਮੈਂ ਮਿਲਣਾ ਹੈ, ਜਿਹੜੇ ਇਸ ਤਰ੍ਹਾਂ ਦੇ ਫਰੌਡ ਨਾਲ, ਜਿਹੜੇ ਫਰੌਡ ਦੇ ਵਿਕਟਿਮਸ ਹੈ, ਜਿਹੜੇ ਪੈਸੇ ਗਵਾ ਚੁੱਕੇ ਹੈ ਜਾਂ ਹੋਰ ਉਹਨਾਂ ਦਾ ਕੋਈ ਗਲਤ ਹੋ ਚੁੱਕਿਆ ਹੈ। ਤੇ ਇਹ ਮੈਂ ਤੁਹਾਡਾ ਜਿਹੜਾ ਤੁਸੀਂ ਮੈਸੇਜ ਮੈਂ ਦਿੱਤਾ ਸੀ, ਜਿਹੜਾ ਲੋਕਾਂ ਨੂੰ ਦੱਸ ਰਿਹਾ ਕਿ ਵੀ ਇਸ ਤਰ੍ਹਾਂ ਹੋ ਰਿਹਾ, ਤੇ ਇਸ ਤਰ੍ਹਾਂ ਅਗਰ ਦੋਸਤੋ ਕੋ ਤੁਹਾਡੇ ਨਾਲ ਵੀ ਕਿਸੇ ਨਾਲ ਹੋਇਆ ਤੇ ਜਰੂਰ ਤੁਸੀਂ ਸੰਪਰਕ ਕਰੋ। ਤੇ ਅਗਰ ਤੇ ਕੋਈ ਕੰਸਲਟੈਂਟ ਲਾਇਸੈਂਸਡ ਹੈ ਤੇ ਉਹਦੇ ਖਿਲਾਫ ਆਪਾਂ ਕੰਪਲੇਨ ਕਰ ਸਕਦੇ ਹਾਂ, ਅਗਰ ਜੇ ਲਾਇਸੈਂਸ ਨਹੀਂ ਹੈ ਫਿਰ ਤੇ ਪਰਮਾਤਮਾ ਹੀ ਮਾਲਿਕ ਹੈ, ਫਿਰ ਤੇ ਆਪਾਂ ਕੁਝ ਵੀ ਨਹੀਂ ਕਰ ਸਕਦੇ। ਲੇਕਿਨ ਸਰ ਅਗਰ ਮੈਂ 2 ਮੰਥਸ ਤੱਕ ਜਾਂ 3 ਮੰਥਸ ਤੱਕ, ਨਾਲੇ ਤਾਂ ਵੀਡੀਓ ਕਾਲ, ਤੁਹਾਨੂੰ ਵੀਡੀਓ ਕਾਲ ਤੇ ਸਭ ਕੁਝ ਦੱਸੂਗਾ, ਉਹ ਬੰਦੇ ਦਾ ਐਡਰੈਸ ਵੀ ਦੱਸੂਗਾ, ਨਾਮ ਵੀ ਦੱਸੂਗਾ, ਫੋਨ ਨੰਬਰ ਵੀ ਮੇਰੇ ਕੋਲ ਹੈ, ਤੇ ਉਹਦੇ ਖਿਲਾਫ ਜ਼ਰੂਰ ਤੁਸੀਂ ਸ਼ਿਕਾਇਤ ਜੇ ਕਰਨੀ ਹੋਈ ਜ਼ਰੂਰ ਉਹਦੇ ਕੋਈ ਐਕਸ਼ਨ ਕਰੇ। ਦੇਖੋ ਇਸ ਤਰ੍ਹਾਂ ਜਿਹੜਾ, ਨਹੀਂ ਮੈਂ ਆਈ ਅੰਡਰਸਟੈਂਡ, ਤੁਸੀਂ ਥੋੜਾ ਜਿਹਾ ਹੈਜ਼ੀਟੇਸ਼ਨ ਕਰ ਦਿਓ ਕਿ ਵੀ ਲੋਕਾਂ ਨੂੰ ਪਤਾ ਨਾ ਚੱਲੇ ਤੁਹਾਡੇ ਬਾਰੇ, ਜਾਂ ਉਹ ਬੰਦਾ ਤੁਹਾਨੂੰ ਨਾ ਦੇਖ ਰਿਹਾ ਹੋ ਜਾਂ ਸਮਥਿੰਗ। ਪਰ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਜਿਹੜਾ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਹੈ ਨਾ, ਇੱਥੇ ਐਂਟੀ ਫਰੌਡ ਜਿਹੜਾ ਇੱਕ ਐਫਰਟ ਹੈ ਗਵਰਨਮੈਂਟ ਆਫ ਕੈਨੇਡਾ ਦਾ, ਬਹੁਤ ਬਹੁਤ ਹੀ ਇੱਕ ਇੱਕ ਉਹਨਾਂ ਨੇ ਅਗਰੈਸਿਵਲੀ ਇਸ ਚੀਜ਼ ਨੂੰ ਰੋਲ ਆਊਟ ਕੀਤਾ ਕਿ ਵੀ ਜਿੰਨੇ ਵੀ ਫਰੌਡ ਦੇ ਕੰਮ ਹੋ ਰਹੇ ਉਹਨਾਂ ਨੂੰ ਫੜੇ ਜਾਣਗੇ ਸਾਰੇ, ਇਹਨਾਂ ਨੂੰ ਕੋਈ ਨਾ ਕੋਈ ਪੈਨਲਟੀ ਕਰੋ ਜਾਂ ਕੁਛ ਕਰੋ, ਸਪੈਸ਼ਲੀ ਇਫ ਦੇ ਆਰ ਕੈਨੇਡੀਅਨਸ ਜਾਂ ਲੋਕਲ ਇੱਥੇ ਰਹਿਣ ਵਾਲੇ ਜਿਹੜੇ ਲੋਕ ਨੇ, ਬਾਹਰ ਵਾਲੇ ਲੋਕ ਤੇ ਦੇ ਕੈਨ ਨਾਟ ਅਰੈਸਟ ਐਨੀਬਡੀ। ਲੇਕਿਨ ਅਗਰ ਕੋਈ ਉਹਦੇ ਵਿੱਚ ਕੋਈ ਕੈਨੇਡੀਅਨ ਸਿਟੀਜ਼ਨ ਜਾਂ ਕੈਨੇਡੀਅਨ ਰੈਸੀਡੈਂਟ ਜਿਹੜਾ ਸਪੈਸ਼ਲੀ ਲਾਇਸੈਂਸ ਹੋਲਡਰ ਹੈ, ਅਗਰ ਉਹ ਇਨਵੋਲਵਡ ਹੈ ਤੇ ਗਵਰਨਮੈਂਟ ਆਫ ਕੈਨੇਡਾ ਨੇ ਟੋਲ ਫ੍ਰੀ ਨੰਬਰ ਲਾਈਨ ਖੋਲੀ ਹੋਈ ਹੈ ਕਿ ਤੁਸੀਂ ਰਿਪੋਰਟ ਕਰੋ, ਜਾਂ ਤੇ ਡਾਇਰੈਕਟਲੀ ਇੱਥੇ ਜਿਹੜਾ CBSA ਹੈ ਵਿਚ ਇਸ ਕੈਨੇਡਾ ਬਾਰਡਰ ਸਰਵਿਸ ਏਜੰਸੀ, ਉਹਨਾਂ ਨੂੰ ਕਰੋ, ਲੋਕਲ ਪੁਲਿਸ ਹੈ RCMP, ਉਹਨਾਂ ਨੂੰ ਰਿਪੋਰਟ ਕਰੋ। ਤੇ ਮੈਂ ਦੇਖਿਆ ਹੈ ਕਿਉਂਕਿ 2-3 ਦਿਨ ਮੈਂ ਹੈਲਪ ਕਰਕੇ ਉਹਨਾਂ ਦੀ ਰਿਪੋਰਟ ਕਰਵਾਈ ਹੈ ਤੇ ਐਕਸ਼ਨ ਹੋਇਆ ਹੈ ਕੰਸਲਟੈਂਟ ਅਗੇਂਸਟ, ਤੇ ਜਿਹੜੇ ਵਿਕਟਿਮਸ ਹੈ ਉਹਨਾਂ ਨੂੰ ਪੈਸਾ ਵੀ ਵਾਪਸ ਰਿਫੰਡ ਹੋਇਆ। ਸੋ ਅਗਰ ਕੋਈ ਵੀ ਮੇਰੀ ਜਿਹੜੀ ਆਵਾਜ਼ ਸੁਣ ਰਿਹਾ, ਅਗਰ ਵਾਕਈ ਤੁਸੀਂ ਕਿਸੇ ਫਰੌਡ ਦੇ ਸ਼ਿਕਾਰ ਹੋ ਤੇ ਤੁਹਾਡੇ ਪੈਸੇ ਅਗਰ ਕਿਸੇ ਕੈਨੇਡੀਅਨ ਲਾਇਸੈਂਸਡ ਅਗਰ ਕਿਸੇ ਪ੍ਰੋਫੈਸ਼ਨਲ ਤੋਂ ਅਗਰ ਮਾਰੇ ਗਏ ਤੇ ਜ਼ਰੂਰ ਤੁਸੀਂ ਅੱਗੇ ਆਓ ਤੇ ਹਿੰਮਤ ਕਰੋ, ਕੰਪਲੇਨ ਕਰੋ ਐਂਡ ਗੈਟ ਯੋਰ ਮਨੀ ਬੈਕ। ਦੈਟਸ ਆਲ ਆਈ ਹੈਵ ਟੂ ਸੇ। ਠੀਕ ਹੈ ਜੀ, ਥੈਂਕ ਯੂ ਵੈਰੀ ਮੱਚ ਫੋਰ ਯੋਰ ਟਾਈਮ, ਤੇ ਮੈਂ ਆਸ ਕਰਦਾ ਕਿ ਇਨ ਫਿਊਚਰ ਜਦ ਵੀ ਤੁਸੀਂ ਤੁਹਾਡੇ ਕੇਸ ਆਪਣਾ ਕਲੀਅਰ ਹੋਏਗਾ, ਜਦ ਤੁਸੀਂ ਪਹੁੰਚੋਗੇ ਕੈਨੇਡਾ ਤੇ ਖੁੱਲ੍ਹ ਕੇ ਆ ਕੇ ਲੋਕਾਂ ਨੂੰ ਦੱਸੋ ਕਿ ਵੀ ਕੌਣ ਸੀ ਬੰਦੇ, ਉਹ ਕਿੱਥੇ ਦੇ ਬੰਦੇ ਸੀ, ਇਸ ਸੋ ਦੈਟ ਯੂ ਨੋ ਯੂ ਕੈਨ ਗੈਟ ਸਮ ਜਸਟਿਸ। ਠੀਕ ਹੈ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਥੈਂਕ ਯੂ।